ਹਾਂਜੀ ਸੱਤਵੀਂ ਦੇ ਪਿਆਰੇ ਵਿਦਿਆਰਥੀਓ, ਬੇਟਾ ਅੱਜ ਆਪਾਂ ਤੁਹਾਡੇ ਲਈ ਜਿਹੜਾ ਲੈ ਕੇ ਆਏ ਹਾਂ ਉਹ ਹੈਗਾ ਤੁਹਾਡੀ ਜਿਹੜੀ ਸਤੰਬਰ ਦੀ ਪ੍ਰੀਖਿਆ ਹੋਈ ਹੈ ਉਹਦਾ ਆਪਣਾ ਸਲਿਊਸ਼ਨ ਹੈ। ਮੇਨਲੀ ਤਾਂ ਪਾ ਰਹੇ ਹਾਂ ਕਿਉਂਕਿ CEP ਚੱਲ ਰਿਹਾ ਹੈਗਾ, ਠੀਕ ਹੈ, ਕੰਪੀਟੈਂਸੀ ਇਨਹਾਂਸਮੈਂਟ ਪਲਾਨ ਦੇ ਤਹਿਤ ਤੁਹਾਡੀਆਂ ਸ਼ੀਟਾਂ ਵੀ ਆ ਰਹੀਆਂ ਨੇਗੀਆਂ ਅਤੇ ਇਹਨਾਂ ਦੇ ਬੇਸ 'ਤੇ ਤੁਹਾਡੇ ਐਤਕੀ ਜਿਹੜੇ ਪੱਕੇ ਪੇਪਰ ਨੇ ਉਹਨਾਂ ਦੇ ਵਿੱਚ ਵੀ ਇਹੀ CEP ਬੇਸ 'ਤੇ ਇਹੀ ਸਵਾਲ ਹੋਣੇ ਨੇ। ਸੋ ਆਪਾਂ ਅੱਜ ਦੇਖਦੇ ਹਾਂ ਪੇਪਰ 'ਚ ਕੀ ਕੁਛ ਤੁਸੀਂ ਕਰਕੇ ਆਏ ਹੋ ਅਤੇ ਕੀ ਕੁਛ ਤੁਸੀਂ ਅੱਗੇ ਕਰਨਾ, ਬੜਾ ਹੀ ਇੰਟਰਸਟਿੰਗ ਹੈ। ਸੋ ਸਾਰੀ ਵੀਡੀਓ ਧਿਆਨ ਨਾਲ ਦੇਖਣੀ ਹੈ, ਠੀਕ ਹੈ। ਅੱਜ ਆਪਾਂ ਪਹਿਲੇ ਪਾਰਟ ਦੀ ਬਣਾਵਾਂਗੇ ਵੀਡੀਓ, ਫਿਰ ਆਪਾਂ ਸੈਕਿੰਡ ਪਾਰਟ ਵੀ ਪਾਵਾਂਗੇ। ਸੋ ਦੋਨੋਂ ਪਾਰਟ ਧਿਆਨ ਨਾਲ ਤੁਸੀਂ ਦੇਖਣੇ ਨੇ ਕੀ ਕਰਕੇ ਗਏ। ਪਹਿਲੀ ਸਵਾਲ ਹੈ ਕਿਸੇ ਜਮਾਉਣ ਦੀ ਪ੍ਰਕਿਰਿਆ ਵਿੱਚ ਇਹ ਸਰਟਨ ਫਰੀਜਿੰਗ ਪ੍ਰੋਸੈਸ, ਚਲੋ ਸਵਾਲ ਤੁਸੀਂ ਪੜ੍ਹੇ ਹੀ ਹੈ, ਕਮਰੇ ਦਾ ਤਾਪਮਾਨ ਨੂੰ 30 ਡਿਗਰੀ ਸੈਂਟੀਗ੍ਰੇਡ ਤੋਂ 5 ਡਿਗਰੀ ਸੈਂਟੀਗ੍ਰੇਡ ਪ੍ਰਤੀ ਘੰਟੇ ਦੀ ਦਰ ਨਾਲ ਘੱਟ ਕਰਨ ਦੀ ਜ਼ਰੂਰਤ ਹੈ। ਇਸ ਪ੍ਰਕਿਰਿਆ ਦੇ ਸ਼ੁਰੂ ਹੋਣ ਤੋਂ 8 ਘੰਟੇ ਬਾਅਦ ਤਾਪਮਾਨ ਕਿੰਨਾ ਹੋਵੇਗਾ, 1 ਘੰਟੇ 'ਚ ਕਿੰਨਾ ਘੱਟਦਾ ਹੈ, 5 ਡਿਗਰੀ ਘੱਟਦਾ, ਤਾਂ ਆਪਾਂ ਮੂਹਰੇ ਮਾਈਨਸ ਲਾ ਦਿੰਦੇ ਤਾਂ 8 ਘੰਟੇ ਵਿੱਚ ਕਿੰਨਾ ਹੋ ਗਿਆ, 8 ਘੰਟੇ ਵਿੱਚ ਕਿੰਨਾ ਹੋ ਗਿਆ, 8 × 5 = 40। ਮਾਈਨਸ, ਕਈ ਬੱਚੇ ਮਾਈਨਸ ਲਾ ਆਉਂਦੇ, ਕਿੰਨੇ ਲਾ ਆਉਂਦੇ ਐਡਾ ਕੋਈ ਦਿੱਕਤ ਨਹੀਂ ਹੈ। ਕਈ ਬੱਚੇ ਪੁੱਛ ਰਹੇ ਮਾਈਨਸ ਲਾਉਣਾ, ਉਹ ਤਾਂ ਸਿੱਧਾ ਘੱਟ ਰਿਹਾ ਤਾਂ ਆਪਾਂ ਨੂੰ ਪਤਾ ਹੀ ਹੈ ਮਾਈਨਸ ਤਾਂ ਹੋਊਗਾ। ਤਾਂ ਸਟਾਰਟਿੰਗ ਤਾਪਮਾਨ ਕਿੰਨਾ ਸੀ, 30 ਡਿਗਰੀ, ਵਿੱਚੋਂ ਘੱਟ ਕਿੰਨਾ ਗਿਆ 8 ਘੰਟਿਆਂ ਬਾਅਦ, ਕਿਉਂਕਿ ਪਹਿਲਾਂ ਤਾਪਮਾਨ ਸੀ 30, 40 ਘੱਟ ਕੇ ਕਿੰਨਾ ਰਹਿ ਗਿਆ, -10 ਡਿਗਰੀ, ਕਿਉਂਕਿ 1-1 ਘੰਟੇ ਦੇ ਵਿੱਚ ਤਾਪਮਾਨ ਤੁਹਾਡਾ ਕਿੰਨਾ ਕਿੰਨਾ ਘੱਟਦਾ ਸੀ, 5-5 ਡਿਗਰੀ, ਅਤੇ ਲਾਸਟ 'ਤੇ ਕਿੰਨਾ ਲਾ ਦੇਣਾ ਤੁਸੀਂ ਨੇ, -10 ਸੀ। ਬਿਨਾਂ ਰੰਗੇ ਭਾਗ ਦਾ ਦਸ਼ਮਲਵ ਸੰਖਿਆ ਕਿੰਨੀ ਹੈ, ਦੇਖੋ ਜੀ ਜ਼ੂਮ ਕਰਕੇ ਦੇਖੋ ਤਾਂ ਸਾਫ ਪਤਾ ਲੱਗ ਜੂ ਕਿੰਨੇ ਭਾਗ ਨੇ ਟੋਟਲ, 1, 2, 3, 4, 5, ਪੰਜਾਂ ਦੇ ਵਿੱਚੋਂ 3 ਭਾਗ ਨੇ ਜਿਨ੍ਹਾਂ 'ਤੇ ਰੰਗ ਨਹੀਂ ਕੀਤਾ, 3/5, 3/5 ਹੁੰਦਾ 0.6, 0.6 ਦਾ ਮਤਲਬ ਕੀ ਹੈ, ਚੌਥੀ ਆਪਸ਼ਨ ਤੁਹਾਡੀ ਕੀ ਸੀ, ਬਿਲਕੁਲ ਠੀਕ ਸੀ। 5 ਕਿਲੋਗ੍ਰਾਮ, 5 ਗ੍ਰਾਮ ਨੂੰ ਦਸ਼ਮਲਵ ਰੂਪ 'ਚ ਲਿਖਣਾ, ਡੈਸੀਮਲ ਨੋਟੇਸ਼ਨ ਦੇ ਵਿੱਚ, 5 ਕਿਲੋ, 1 ਕਿਲੋ ਦੇ ਵਿੱਚ ਬਸ ਤੁਹਾਨੂੰ ਸਭ ਨੂੰ ਪਤਾ ਕਿੰਨੇ ਗ੍ਰਾਮ ਹੁੰਦੇ ਨੇ, 1000 ਗ੍ਰਾਮ, 1000 ਦੇ ਵਿੱਚ 3 ਜ਼ੀਰੋ ਤਾਂ 0.3 ਛੱਡ ਕੇ ਲੱਗੂ, 5.005, ਤਾਂ 5.005 ਤੁਹਾਡਾ ਕੀ ਸੀ, ਆਨਸਰ ਸੀ। ਦਿੱਤੀ ਰੇਖਾ ਵਿੱਚ ਕਿਹੜਾ ਬਿੰਦੂ 0 ਨੂੰ ਦਰਸਾਉਂਦਾ, 0, ਅਤੇ ਇਹਦੇ 'ਚ ਧਿਆਨ ਨਾਲ ਦੇਖੋ -15 ਲਿਖਿਆ ਉਰੇ, ਉਰੇ ਲਿਖਿਆ 10, ਅਤੇ ਇੱਥੇ 5 ਰਹਿ ਗਿਆ, ਉਰੇ 0, ਉਰੇ -5, ਉਰੇ -10, ਤਾਂ 0 ਕਿਹੜੇ 'ਤੇ ਦਰਸਾਉਂਦਾ, ਜੈੱਡ 'ਤੇ। ਸਾਰੇ ਦੇ ਸਾਰੇ ਆਪਾਂ ਜਿਹੜੇ CEP ਦੇ ਵੀਡੀਓ ਪਾਈਆਂ ਨੇ ਉਹਨਾਂ ਦੇ ਵਿੱਚੋਂ ਹੀ ਤੁਹਾਡਾ ਪੇਪਰ ਸੀ। ਸੋ CEP ਦੇ ਸਾਰੀਆਂ ਵੀਡੀਓ ਤੁਹਾਡੇ ਲਈ ਦੇਖਣੀਆਂ ਜ਼ਰੂਰੀ ਨੇ, ਅੱਗੇ ਵੀ ਤੁਸੀਂ ਦੇਖਦੇ ਰਹੀਓ ਤਾਂ ਹੀ ਤੁਹਾਡੀ ਤਿਆਰੀ ਵਧੀਆ ਹੋਣੀ ਆ ਪੱਕੇ ਪੇਪਰਾਂ ਦੀ। ਕਲਾਸ ਇੰਟਰਵਲ ਕਿਹੜਾ ਦਿੱਤਾ, 10-15, ਉਹਦਾ ਕੀ ਪੁੱਛਿਆ, ਕਲਾਸ ਮਾਰਕ ਨੂੰ ਪੰਜਾਬੀ 'ਚ ਬੋਲਦੇ ਆ ਵਰਗ ਚਿੰਨ ਕੀ ਹੁੰਦਾ, ਦੋਨਾਂ ਦਾ ਜੋੜ ਕਰਕੇ ਅੱਧਾ ਲੈ ਲਓ, ਮਤਲਬ ਦੋਨਾਂ ਦੇ ਸੈਂਟਰ 'ਚ ਕਿਹੜੀ ਰਕਮ ਹੈ, ਦੋਨੋਂ ਕਿਹੜੇ ਲੈਣੇ ਨੇ, 10 ਅਤੇ 15, ਇੱਕ ਲੋਐਸਟ ਰਕਮ ਇੱਕ ਹਾਈਐਸਟ ਰਕਮ, ਤਾਂ 25/2, 25/2 ਕਿੰਨਾ ਹੁੰਦਾ, 12.5, ਯਾਨੀ ਕਿ ਤੀਜੀ ਆਪਸ਼ਨ ਤੁਹਾਡਾ ਕੀ ਸੀ, ਬਿਲਕੁਲ
ਰਾਈਟ ਆਨਸਰ ਸੀ। ਛੇਵਾਂ ਸਵਾਲ ਦੇਖੋ, ਜੈੱਡ ਕਿਲੋ ਪਿਆਜ਼ਾਂ ਦਾ ਮੁੱਲ ਕਿੰਨਾ ਹੋਊ? ਜੇ ਇੱਕ ਕਿਲੋ ਹੁੰਦੇ ਤਾਂ ਕਿੰਨਾ ਰੇਟ ਸੀ? 40। ਜੇ ਦੋ ਹੁੰਦੇ ਤਾਂ ਬੱਚੇ ਫਟਾਫਟ ਬੋਲਦੇ 80। ਕਿਵੇਂ ਕੱਢਿਆ? 2 × 40। ਜੇ 3 ਹੁੰਦੇ ਤਾਂ 3 × 40। ਉਰੇ ਕਿੰਨੇ ਨੇ? ਜੈੱਡ ਨੇ ਤਾਂ ਕਿੰਨਾ ਹੋਜੂ? ਜੈੱਡ × 40। ਜੈੱਡ × 40 ਕਿੰਨਾ ਹੁੰਦਾ? 40 ਜੈੱਡ। ਤਾਂ 40 ਜੈੱਡ ਜਿੱਥੇ ਵੀ ਹੈ ਤੁਹਾਡਾ ਕੀ ਹੈ? ਰਾਈਟ ਆਨਸਰ ਹੈ, ਮਤਲਬ ਭਾਵ ਚੌਥੀ ਆਪਸ਼ਨ। ਤਾਂ ਦੇਖੋ ਇੱਥੇ ਪਹਿਲੇ ਦਾ ਆਪਣਾ ਤੀਜੀ ਆਪਸ਼ਨ ਸੀ, ਇਹਦੀ ਚੌਥੀ ਆਪਸ਼ਨ ਸੀ, ਇਹਦੀ ਤੀਜੀ ਆਪਸ਼ਨ ਸੀ, ਇਹਦਾ ਜੈੱਡ ਹੈ, ਇਹਦਾ 12.5 ਗਾ, ਇਹਦਾ 40 ਜੈੱਡ ਹੈ, ਬਿਲਕੁਲ ਨੀਚੇ ਵਾਲਾ। ਸੋ ਇੱਦਾਂ ਤੁਸੀਂ ਲਿਖਣਾ, ਸਮਝਣਾ ਵੀ ਹੈ, ਵੀਡੀਓ ਦੇਖਦੇ ਜਾਓ, ਸਮਝਦੇ ਜਾਓ। ਜੇ ਇਹ ਵੀ ਦੱਸਿਓ ਵੀ ਆ 30 ਸਵਾਲਾਂ 'ਚ ਤੁਹਾਡੇ ਕਿੰਨੇ ਕੁ ਠੀਕ ਹੈ, ਜਾਂ ਪੂਰੇ ਪੇਪਰ 'ਚੋਂ ਕਿੰਨੇ ਨੰਬਰ ਤੁਹਾਡੇ ਆਏ। 4 = 5x + 10, ਬ੍ਰੈਕਟ ਖੋਲ੍ਹ ਲਿਆ ਤਾਂ 10 ਇੱਧਰ ਲਿਆਓ, 10 ਤੇ 4 ਕਿੰਨੇ ਹੁੰਦੇ? 14 = 5x, ਤਾਂ ਐਕਸ ਦਾ ਮੁੱਲ ਕਿੰਨਾ ਬਣ ਗਿਆ? 14/5। ਤਾਂ 14/5 ਭਾਵ ਪਹਿਲੀ ਆਪਸ਼ਨ ਤੁਹਾਡੀ ਕੀ ਸੀ? ਰਾਈਟ ਸੀ। ਚਿੱਤਰ ਵਿੱਚ ਰੰਗਿਆ ਹੋਇਆ ਭਾਗ ਪੂਰੇ ਚਿੱਤਰ ਦਾ ਕਿੰਨੇ ਪ੍ਰਤੀਸ਼ਤ ਹੈ? ਰੰਗਿਆ ਭਾਗ ਦੇਖੋ ਟੋਟਲ ਕਿੰਨੇ ਨੇ? 1, 2, 3, 4, 5, 6, 7 ਅਤੇ 8, ਟੋਟਲ 8 ਨੇ, ਵਿੱਚ 2 ਰੰਗੇ ਨੇ, 2/8। ਪ੍ਰਤੀਸ਼ਤ ਕੱਢਣਾ ਤਾਂ ਕਿਹੜਾ ਗੁਣਾ ਕਰ ਦਿਓ? 100 ਨਾਲ। 2 × 2, 2 × 4 = 8, 4 × 4 = 25 × 100, ਤਾਂ ਕਿੰਨਾ ਗਿਆ? 25%। ਭਾਵ ਦੂਜੀ ਆਪਸ਼ਨ ਤੁਹਾਡਾ ਕੀ ਹੈ? ਬਿਲਕੁਲ ਰਾਈਟ ਆਨਸਰ ਹੈ। ਅਨੀਸ਼ਾ ਪੂਰੇ ਸਾਲ 216 ਦਿਨ ਸਕੂਲ ਜਾਂਦੀ ਹੈ, ਜੇ ਉਸਦੀ ਹਾਜ਼ਰੀ 90% ਰਹੀ ਤਾਂ ਸਕੂਲ ਕਿੰਨੇ ਦਿਨ ਖੁੱਲ੍ਹਿਆ ਸੀ? ਤਾਂ ਆਪਣਾ ਸਕੂਲ ਕਿੰਨੇ ਦਿਨ ਖੁੱਲ੍ਹਿਆ ਜੇ ਆਪਾਂ ਮੰਨ ਲਿਆ ਐਕਸ? ਐਕਸ ਦਾ ਕਿੰਨੀ ਹਾਜ਼ਰੀ ਹੈ? 90%, ਬਰਾਬਰ ਹੈ 216। ਇਹਦੇ ਨਾਲ 1-2 ਸਵਾਲ ਹੋਰ ਵੀ ਆਉਣਗੇ, ਬਿਲਕੁਲ ਇੱਦਾਂ ਲਿਖ ਲੈਣਾ। ਦਾ ਦਾ ਮਤਲਬ ਗੁਣਾ ਐਕਸ ਗੁਣਾ 90/100 ਬਰਾਬਰ ਹੈ 216। ਤਾਂ ਐਕਸ ਕਿੰਨਾ ਹੋ ਗਿਆ? 216 × 100/90। 0 0 ਕੱਢ ਗਈ, 9 × 1 = 9, 9 × 2 = 18, 3 + 36, 9 + 36, ਤਾਂ 24 × 10 = 240। ਤਾਂ 240 ਦਿਨ ਸਕੂਲ ਤੁਹਾਡਾ ਖੁੱਲ੍ਹਿਆ ਸੀ, ਤਾਂ 240 ਦੇ ਉੱਤੇ ਤੁਸੀਂ ਟਿੱਕ ਲਗਾ ਦੇਣਾ। ਭਾਵ ਦੂਜੀ ਆਪਸ਼ਨ, ਐਕਸ ਦੇ ਕਿਹੜੇ ਮੁੱਲ ਲਈ? ਦੇਖਣ ਸਾਰ ਹੀ ਬੱਚੇ ਨੂੰ ਪਤਾ ਲੱਗ ਜਾਂਦਾ, ਪੂਰਾ ਹੱਲ ਕਰਨ ਦੀ ਵੀ ਲੋੜ ਨਹੀਂ। ਐਕਸ ਦੀ ਜਗ੍ਹਾ 'ਤੇ ਕਿੰਨਾ ਭਰੀਏ? ਵੀ 12 ਮੰਨਜੇ, ਤਾਂ ਬੱਚੇ ਫਟਾਫਟ ਬੋਲਦੇ 5। ਨਹੀਂ ਪਤਾ ਲੱਗਦਾ ਐਕਸ ਬਰਾਬਰ ਹੈ 12 × 7, 7 ਉੱਧਰਲੇ ਪਾਸੇ ਵੱਗ ਗਿਆ, 12 × 7 ਕੱਢੇ ਕਿੰਨਾ ਹੁੰਦਾ? 5। ਜਿੱਦਾਂ ਮਰਜ਼ੀ ਕਰ ਲਓ, ਆਨਸਰ ਤੁਹਾਡਾ 5 ਆਉਣਾ ਦੂਜੀ ਆਪਸ਼ਨ। ਅੱਗੇ ਕੀ ਪੁੱਛਿਆ? ਵਿਚਲਨ ਸੀਮਾ, ਜਿਹਨੂੰ ਕਹਿੰਦੇ ਆਪਾਂ ਰੇਂਜ, ਰੇਂਜ ਕੀ ਹੁੰਦੀ ਹੈ? ਸਭ ਤੋਂ ਵੱਡਾ ਅੰਕੜਾ, ਸਭ ਤੋਂ ਵੱਡੀ ਛੜ ਕਿਹੜੀ? ਆ ਵਾਲੀ। ਇਹਦੇ ਵਿੱਚੋਂ ਕੀ ਘਟਾ ਦੇਣਾ? ਸਭ ਤੋਂ ਛੋਟਾ। ਸਭ ਤੋਂ ਵੱਡਾ ਕਿੰਨਾ? 1200। ਸਭ ਤੋਂ ਛੋਟਾ ਕਿੰਨਾ? 600। ਤਾਂ 1200 ਦੇ ਵਿੱਚੋਂ ਕਿੰਨਾ ਘਟਾ ਦਿਓ? 600, 006। ਤਾਂ 600 ਤੁਹਾਡਾ ਕੀ ਆ ਗਿਆ? ਆਨਸਰ ਆ ਗਿਆ ਭਾਵ ਪਹਿਲੀ ਆਪਸ਼ਨ। ਇਹ ਤਾਂ ਤੁਸੀਂ ਠੀਕ ਕਰੀ ਆਏ ਹੋਗੇ, ਬੜਾ ਸੌਖਾ ਸੀ ਰੇਂਜ ਵਾਲਾ। ਤਾਂ ਰੀਮਾ ਨੇ ਕੁੱਲ ਰਾਸ਼ੀ ਦਾ 1/3 ਭਾਗ ਕਿਤਾਬਾਂ ਅਤੇ 3/5 ਭਾਗ ਸਟੇਸ਼ਨਰੀ 'ਤੇ ਖਰਚ ਕੀਤਾ, ਦੱਸੋ ਕਿੰਨਾ ਬਾਕੀ ਬਚਿਆ? ਭਾਗ, ਭਾਗ ਮਤਲਬ ਹਿੱਸਾ।
ਤਾਂ ਮੈਂ ਤੁਹਾਨੂੰ ਇਹ ਦੋ ਤਰੀਕੇ ਨਾਲ ਕਰਾਇਆ ਵਾ, ਉੱਥੋਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ। ਸਿੰਪਲੀ ਪੂਰੇ ਭਾਗ ਨੂੰ ਮੈਂ ਇੱਕ ਮੰਨ ਲੈਣਾ, ਇੱਕ ਦੇ ਵਿੱਚੋਂ ਕਿੰਨਾ ਘਟਾ ਦਿਉ, 1/3, ਫਿਰ ਘਟਾ ਦਿਉ 3/5। ਜਿਹੜੇ ਦੋ ਭਾਗ ਦਿੱਤੇ ਨੇ ਦੋਨੋਂ ਤੁਸੀਂ ਵਿੱਚੋਂ ਘਟਾ ਦਿਉ। ਤਾਂ ਸਾਰਿਆਂ ਦਾ ਮੈਂ ਐਲਸੀਅਮ ਲੈ ਲਿਆ, 1/1 ਲਿਖ ਦੇਈਦਾ ਹੁੰਦਾ, ਤਾਂ ਐਲਸੀਅਮ ਆ ਗਿਆ 15, 5 × 30 = 15 ਹੁੰਦਾ। ਤਾਂ ਮੁਰਿਆ ਗਿਆ 1 ਸੀ, ਮੈਨੇ ਕਿੰਨਾ ਲਿਖਤਾ 15, ਤਾਂ ਉੱਪਰ ਵੀ 1 ਨੂੰ 15 ਗੁਣਾ ਕੀਤਾ, 15 ਆ ਗਿਆ। 3 × 5 = 15, ਤਾਂ 1 × 5 = 5 ਆ। 5 × 30 = 15, ਤਾਂ 30 × 30 = 9। ਤਾਂ 15 × 5 ਕੱਢੇ 10, 10 × 9 ਕੱਢੇ ਕਿੰਨਾ ਗਿਆ, 1/15। ਤਾਂ 1/15 ਵਾ ਪਹਿਲੀ ਆਪਸ਼ਨ, ਤੁਹਾਡਾ ਕੀ ਹੈ, ਬਿਲਕੁਲ ਰਾਈਟ ਆਂਸਰ ਹੈ। 160 ਨੂੰ ਜਦੋਂ 20 ਦੇ ਦੁੱਗਣੇ ਨਾਲ ਵੰਡੀਏ ਤਾਂ ਕੀ ਪ੍ਰਾਪਤ ਹੁੰਦਾ। 160 ਨੂੰ ਕਿਹਦੇ ਨਾਲ ਵੰਡਣਾ ਹੈ, 20 ਦਾ ਦੁੱਗਣਾ, ਡਬਲ ਆਫ 20 ਕਿੰਨਾ ਹੁੰਦਾ, 40। ਲਓ ਜੀ ਵੰਡ ਦਿਉ, ਕਿੰਨਾ ਆ ਗਿਆ, 16 ਨੂੰ 4 'ਤੇ ਵੰਡ ਕੇ 4, 4 ਭਾਵ ਤੀਜੀ ਆਪਸ਼ਨ। ਹੇਠ ਲਿਖਿਆਂ ਵਿੱਚੋਂ ਅਣਉਚਿਤ ਭਿੰਨ ਕਿਹੜੀ ਹੈ, ਅਣਉਚਿਤ ਇਮਪ੍ਰੋਪਰ ਫਰੈਕਸ਼ਨ। ਇਮਪ੍ਰੋਪਰ ਫਰੈਕਸ਼ਨ ਉਹ ਹੁੰਦੇ ਜਿਹਦੇ 'ਚ ਉੱਪਰ ਵਾਲੀ ਰਕਮ ਵੱਡੀ ਹੋਵੇ, ਨਿਚਲੀ ਕੀ ਹੋਵੇ, ਛੋਟੀ। ਤਾਂ ਇੱਕੋ ਹੀ ਰਕਮ ਹੈ, 8/3। ਇਹਦੇ 'ਚ ਪੁੱਛਿਆ ਬੋਡਲ ਬੋਲਕ ਜਾਂ ਮੋਡਲ ਸ਼ੇਪ। ਬੋਲਕ ਕੀ ਹੁੰਦਾ, ਜਿਹੜਾ ਬਹੁਲਕ ਵੱਧ ਵਾਰੀ, ਸਭ ਤੋਂ ਵੱਧ ਵਾਰੀ ਦਿਖੇ। ਤਾਂ ਸਭ ਤੋਂ ਵੱਧ ਵਾਰੀ ਕੀ ਦਿਖ ਰਹੇ ਨੇ, 5 ਪੁੱਛੇ ਕਿੰਨੇ ਨੇ, 1, 2, 3, 4, 5। ਗੋਲੇ ਨੇ ਜਿਹੜੇ ਕਿੰਨੇ ਨੇ, 2 ਸੀ, ਅਤੇ ਕੋਨਾ ਕਿੰਨੀਆਂ ਨੇ, 3 ਨੇ, ਅਤੇ ਜਿਹੜੇ ਸਕੇਅਰ ਨੇ ਕਿੰਨੇ ਨੇ, 4 ਨੇ। ਸਭ ਤੋਂ ਵੱਧ 5 ਕੀ ਸੀ, ਉਹ ਤੁਹਾਡਾ ਕੀ ਹੈ ਆਂਸਰ। 5 ਪੋਜ ਦੇ ਉੱਤੇ ਤੁਸੀਂ ਟਿੱਕ ਲਗਾ ਦੇਣਾ, ਇਹ ਹੈ ਤੁਹਾਡੀ ਬੋਲਕ ਆਕਿਰਤੀ। 12 A ਦੀ 2 B C, 12 ਕਿੰਨਾ ਹੁੰਦਾ, 4 × 3 = 12। ਏ ਆ ਕਹਿਣੇ 2, ਬੀ ਆ ਕਹਿਣੇ 1, ਸੀ ਆ ਕਹਿਣੇ 1, ਅਤੇ ਰਕਮ ਕਿਹੜੀ ਹੈ, ਦੂਜੀ ਆਪਸ਼ਨ। ਧਿਆਨ ਨਾਲ ਦੇਖਣਾ, ਤੀਜੀ ਵੀ ਲੱਗ, ਚੌਥੀ ਵੀ ਲੱਗ ਰਹੀ ਹੈ, ਪਰ ਇਹ 'ਚ ਏ 1 ਹੈ, ਬੀ ਆ 2 ਨੇ, ਤਾਂ ਚੌਥੀ ਆਪਸ਼ਨ ਨਹੀਂ ਹੋ ਸਕਦੀ, ਕੇਵਲ ਕਿਹੜੀ ਰਹਿ ਗਈ, ਆਪਸ਼ਨ ਨੰਬਰ 2। ਅੱਗੇ ਪੁੱਛਿਆ ਹੇਠ ਲਿਖਿਆਂ ਵਿੱਚੋਂ ਕਿਹੜਾ ਚਿੱਤਰ 3 × 2/3 ਨੂੰ ਦਰਸਾ ਰਿਹਾ। ਮਤਲਬ ਚੀਜ਼ਾਂ ਕਿਆ ਹੁਣ, 3 ਹੁਣ ਕਿੰਨੀਆਂ, 2/3, 2/3, 2/3। ਤਾਂ 2/3 ਕੀ 'ਚ ਨੇ, ਦੂਜੀ ਆਪਸ਼ਨ ਦੇ ਵਿੱਚ ਨੇ। ਇਹ 'ਚ 1/3 ਨੇ ਚੀਜ਼ਾਂ, ਇਹ 'ਚ 2/3 ਨੇ, ਇਹਦੇ ਵਿੱਚ ਇੱਕ ਸਾਰਨੀ ਹੈਗੀਆਂ, ਇਹਦੇ ਵਿੱਚ ਪੂਰੀਆਂ ਪੂਰੀਆਂ ਕੰਪਲੀਟ ਨੇ। ਤਾਂ ਮੈਂ ਪਹਿਲੀ ਵੀਡੀਓ 'ਚ ਵੀ ਦੱਸਿਆ ਹੋਇਆ, ਕਈ ਬੱਚੇ ਤੀਜਾ ਆਂਸਰ ਲਿਖਦੇ ਨੇ, ਉਹ ਵੀ ਰਾਈਟ ਹੈ, ਪਰ ਇਹਨਾਂ ਨੇ ਪੁੱਛਿਆ ਚਿੱਤਰਾਂ ਰਾਹੀਂ। ਤਾਂ ਚਿੱਤਰਾਂ ਰਾਹੀਂ ਤੁਸੀਂ ਜਿਹੜਾ ਲਿਖਣਾ ਉਹ ਲਿਖਣਾ ਸੈਕਿੰਡ, ਕਿਉਂਕਿ ਇਹਨਾਂ ਨੇ ਪੁੱਛਿਆ ਫਿਗਰ ਰੀਪ੍ਰਜੈਂਟ ਕੀ ਕਰਦੀ ਹੈ, ਚੀਜ਼ਾਂ 3 ਹੋਣ ਅਤੇ ਹੋਣ 2/3। ਇਹ 3 ਦਾ ਮਤਲਬ 3 ਹੋਣ, ਇਹਦਾ ਮਤਲਬ ਹੈ ਹੁਣ ਕੀ, 2/3। ਤਾਂ ਸੈਕਿੰਡ ਆਪਸ਼ਨ ਤੁਹਾਡਾ ਰਾਈਟ ਆਂਸਰ ਸੀ। ਐਕਸ ਦੇ ਧਨਾਤਮਕ ਮੁੱਲ ਲਈ ਕਿਹੜਾ ਵਿਅੰਜਕ ਸਭ ਤੋਂ ਛੋਟਾ ਹੈ। ਐਕਸ ਕੀ ਹੋਵੇ, ਧਨਾਤਮਕ, ਧਨਾਤਮਕ ਮਤਲਬ ਪੋਜ਼ਿਟਿਵ ਹੋਵੇ, ਤਾਂ ਤੁਸੀਂ ਇੱਥੇ ਪੋਜ਼ਿਟਿਵ 1 ਲੈ ਲਓ, ਤੁਹਾਨੂੰ ਸੌਖਾ ਹੋਵੇ। ਤਾਂ ਜੇ 5 1 ਭਰਾਂਗੇ, 5 × 1 ਕਿੰਨਾ ਹੁੰਦਾ, 5, 1 ਘਟਾਓ, 12 × 1 ਕਿੰਨਾ ਹੁੰਦਾ, ਘਟਾਓ 12, 3x + 3x 6x, 6 × 6, ਤਾਂ ਇਹ 6 ਹੈ, ਇਹ 5 ਹੈ, ਇਹ ਘਟਾਓ 12, ਘਟਾਓ 1 ਹੈ। ਤਾਂ ਸਭ ਤੋਂ ਛੋਟਾ ਕਿਹੜਾ, ਦੇਖਣ 'ਚ ਪਤਾ ਲੱਗ ਰਿਹਾ ਘਟਾਓ ਵਾਲਾ ਸਭ ਤੋਂ ਛੋਟਾ।
ਤਾਂ ਘਟਾਓ 12x ਤੁਹਾਡਾ ਕੀ ਹੈ ਰਾਈਟ ਆਨਸਰ। ਸਭ ਤੋਂ ਛੋਟੀ ਦਸ਼ਮਲਵ ਸੰਖਿਆ ਕਿਹੜੀ ਹੈ ਸਮਾਲੈਸਟ 0.27 1.5 0.082। ਮੈਂ ਦੱਸਿਆ ਵੈ ਇੱਕ ਦੂਜੇ ਦੇ ਉੱਪਰ ਨੀਚੇ ਲਿਖ ਲੈਣਾ ਜਿਵੇਂ ਤੀਜੀ 'ਚ ਅਤੇ ਚੌਥੀ 'ਚ ਤਿੰਨ ਤਿੰਨ ਨੇ ਪੁਆਇੰਟ ਤੋਂ ਮਗਰ ਤਾਂ ਇੱਥੇ ਵੀ ਤਿੰਨ ਤਿੰਨ ਕਰ ਦਿਉ ਤਿੰਨ ਤਿੰਨ ਅੰਕ ਮਗਰ ਕਰ ਦਿਉ। ਹੁਣ ਮੈਨੂੰ ਲੱਗਦਾ ਤੁਹਾਨੂੰ ਲੱਭਣਾ ਕੋਈ ਔਖਾ ਨਹੀਂ ਸਭ ਤੋਂ ਛੋਟਾ ਕਿਹੜਾ 0.082 ਭਾਵ ਤੀਜੀ ਆਪਸ਼ਨ ਤੁਹਾਡਾ ਕੀ ਸੀ ਰਾਈਟ ਆਨਸਰ ਸੀ। ਜਸਪ੍ਰੀਤ ਕੋਲ ਇਹ ਕਾਪੀਆਂ 'ਤੇ ਨੋਟ ਕਰ ਲਿਓ ਹੋ ਸਕਦਾ ਤੁਹਾਡੇ ਟੀਚਰ ਵੀ ਕਹਿਣ ਵੀ ਕਾਪੀਆਂ 'ਤੇ ਕਰਕੇ ਲੈ ਕੇ ਆਓ ਇਸੇ ਕਰਕੇ ਆਪਾਂ ਪੂਰਾ ਪੂਰਾ ਸਮਝਾ ਰਹੇ ਹਾਂ। ਜਸਪ੍ਰੀਤ ਕੋਲ ਪੂਰਾ ਫੁੱਲ ਚੌਕਲੇਟ ਸੀ ਉਸਦੇ ਭਰਾ ਨੇ ਉਸਦੇ ਚੌਕਲੇਟ ਦਾ ਕੁਝ ਹਿੱਸਾ ਖਾ ਲਿਆ ਕੁਝ ਹਿੱਸਾ ਕਿੰਨਾ ਖਾ ਲਿਆ 2 ਫਾੜੀਆਂ ਖਾ ਗਿਆ ਵਿੱਚੋਂ ਤਾਂ ਬਾਕੀ ਬੱਚਿਆਂ ਚਾਕਲੇਟ ਚਿੱਤਰ ਵੀ ਵਿੱਚ ਦਰਸਾਏ ਅਨੁਸਾਰ ਆਪਾਂ ਨੇ ਦੱਸਣਾ ਵੀ ਕਿੰਨਾ ਆਨਸਰ ਹੋਊਗਾ। ਜਸਪ੍ਰੀਤ ਦੇ ਭਰਾ ਵੱਲੋਂ ਖਾਧੀ ਗਈ ਚੌਕਲੇਟ ਲਈ ਸਹੀ ਪਿੰਨ ਕਿੰਨੇ ਭਾਅ ਖਾਧੇ 2 ਕਿੰਨਿਆਂ 'ਚੋਂ ਖਾਧੇ ਨੇ 6 ਚੋਂ ਤਾਂ ਸਹੀ ਕਿੰਨਾ ਹੋ ਗਿਆ 1/3 ਕਿ 2 × 2 = 6 1/3 ਭਾਵ ਪਹਿਲੀ ਆਪਸ਼ਨ ਤੁਹਾਡਾ ਕੀ ਹੈ ਰਾਈਟ ਆਨਸਰ ਹੈ। ਇੱਕ ਛੜ ਗ੍ਰਾਫ ਹੈ ਨੀਚੇ ਬਣਿਆ ਹੋਇਆ ਕਿਹੜੇ ਸਾਲ ਵਿੱਚ ਕਿਤਾਬਾਂ ਦੀ ਵਿਕਰੀ 100 ਤੋਂ ਲੈ ਕੇ 300 ਤੱਕ ਹੋਈ ਤਾਂ ਦੇਖੋ ਆਹ ਜਿਹੜੀ ਛੜ ਹੈ ਇਹ 500 ਤੱਕ ਗਈ ਇਹ ਨਹੀਂ ਹੋ ਸਕਦੀ ਇਹ ਵੀ ਛੜ ਵੱਡੀ ਹੈ 350 'ਤੇ ਹੈ ਤਾਂ ਕਿਹੜੀਆਂ ਬਚ ਗਈਆਂ 2008 2010 ਅਤੇ 2011 ਭਾਵ ਦੂਜੀ ਆਪਸ਼ਨ ਤੁਹਾਡਾ ਕੀ ਸੀ ਰਾਈਟ ਆਨਸਰ ਸੀ। ਇੱਕ ਗੈਰ ਸਿਫਰ ਸੰਪੂਰਨ ਸੰਖਿਆ ਇਹ ਗੈਰ ਸਿਫਰ ਮਤਲਬ 0 ਨਹੀਂ ਲੈਣੀ ਕਿਹੜਾ ਪਰਿਭਾਸ਼ਿਤ ਨਹੀਂ ਹੈ ਨੋਟ ਡਿਫਾਈਨਡ ਜਿਹੜਾ ਹੋ ਨਹੀਂ ਸਕਦਾ ਸੰਭਵ ਨਹੀਂ ਹੈ ਤਾਂ ਆਪਾਂ ਨੂੰ ਪਤਾ ਜਿਵੇਂ ਏ ਵੰਡੋ 0 ਇਹਦਾ ਮਤਲਬ ਹੁੰਦਾ ਏ ਬਟੇ 0 ਤਾਂ ਬਹੁਤ ਵਾਰੀ ਤੁਹਾਨੂੰ ਦੱਸਿਆ ਵੀ ਬਟੇ 0 ਨਹੀਂ ਹੋ ਸਕਦਾ ਕਿਸੇ ਵੀ ਰਕਮ ਨੂੰ 0 'ਤੇ ਭਾਗ ਨਹੀਂ ਦੇ ਸਕਦੇ ਤਾਂ ਪਹਿਲਾਂ ਹੀ ਤੁਹਾਡਾ ਕੀ ਹੈ ਪਰਿਭਾਸ਼ਿਤ ਨਹੀਂ 0/A ਦਾ ਮੁੱਲ ਹੁੰਦਾ 0 ਇਹ ਵੀ ਪਰਿਭਾਸ਼ਿਤ ਹੈ A/1 ਦਾ ਮੁੱਲ ਹੁੰਦਾ ਏ 1/A ਦਾ ਮੁੱਲ ਹੁੰਦਾ 1/A ਬਾਕੀ ਸਾਰਾ ਕੁਝ ਪਰਿਭਾਸ਼ਿਤ ਹੈ ਕੇਵਲ ਪਹਿਲੀ ਆਪਸ਼ਨ ਤੁਹਾਡੀ ਕੀ ਸੀ ਪਰਿਭਾਸ਼ਿਤ ਨਹੀਂ। P/5 P ਦਾ ਪੰਜਵਾਂ ਹਿੱਸਾ P/5 ਪਹਿਲਾਂ ਪੰਜਵਾਂ ਹਿੱਸਾ ਕੀਤਾ ਫਿਰ ਵਿੱਚੋਂ ਕੀ ਘਟਾਇਆ 2 ਵਿੱਚੋਂ 2 ਘਟਾਉਣ ਨਾਲ 6 ਮਿਲਦਾ ਹੈ ਤਾਂ ਸਿੱਧਾ ਹੀ ਆਨਸਰ ਕੀ ਸੀ ਦੂਜੀ ਆਪਸ਼ਨ ਸੀ ਤਾਂ ਦੂਜੀ ਆਪਸ਼ਨ ਦੇ ਉੱਤੇ ਤੁਸੀਂ ਨੇ ਟਿੱਕ ਲਗਾ ਦੇਣਾ ਸੀ। ਰਕਮ ਨੂੰ ਪੜ੍ਹ ਕੇ ਦੇਖ ਲਓ ਪੜ੍ਹਨ ਅਨੁਸਾਰ ਹੀ ਕਲੀਅਰ ਹੋ ਰਿਹਾ ਸੀ। ਕਵਿਤਾ ਨੇ ਜੁਲਾਈ ਪ੍ਰੀਖਿਆ ਵਿੱਚੋਂ ਮੈਥ 'ਚੋਂ ਕਿੰਨੇ ਨੰਬਰ ਲਏ 40/28 ਸਤੰਬਰ 'ਚੋਂ ਕਿੰਨੇ ਲਏ 40/32 ਦੱਸੋ ਕਿੰਨੇ ਉਹਦੇ ਅੰਕਾਂ ਵਿੱਚ ਅੰਤਰ ਆ ਗਿਆ ਪਹਿਲਾਂ 40/28 ਫਿਰ 40/32 ਦੱਸੋ ਵਾਧਾ ਹੋ ਗਿਆ ਘਾਟਾ ਹੋ ਗਿਆ ਵਾਧਾ ਹੋ ਗਿਆ ਕਿੰਨੇ ਵੱਧ ਗਏ 4 ਅੰਕ ਵਧੇ ਕਿੰਨਿਆਂ 'ਚੋਂ 40/34 ਤਾਂ 4 ਅੰਕ ਵਧੇ 40/34 ਪਰਸੈਂਟੇਜ ਕੱਢਣੇ ਗੁਣਾ 100 ਕਰ ਦਿਉ 0 ਨਾਲ 0 ਕੱਢ ਗਿਆ 4 × 4 = 4 ਤਾਂ ਕਿੰਨਾ ਬਚ ਗਿਆ 10% ਤਾਂ 10% ਤੁਹਾਡਾ ਕੀ ਸੀ ਆਨਸਰ ਸੀ। ਮੈਂ 2 ਮੈਥਡ ਸਿਖਾਏ ਸੀ ਕਈ ਬੱਚੇ ਇੱਦਾਂ ਨਹੀਂ ਕਰਦੇ ਪਹਿਲਾਂ ਪਹਿਲੇ ਦੀ ਪਰਸੈਂਟੇਜ ਕੱਢਦੇ ਆ ਤਾਂ ਜੁਲਾਈ ਦੀ ਪਰਸੈਂਟੇਜ ਕਿੰਨੀ ਸੀ 70% ਅਤੇ ਸਤੰਬਰ ਦੀ ਕਿੰਨੀ ਸੀ 80% ਤਾਂ 80 ਚੋਂ 70 ਘਟਾ ਦਿਓ ਤਾਂ ਵੀ ਤੁਹਾਡਾ ਕੀ ਆ ਜੂ 10%।
ਇਹ ਮੇਰਾ ਕਰਵਾਇਆ ਵਾ, ਮੈਂ ਤਾਂ ਨਹੀਂ ਜ਼ਿਆਦਾ ਡੀਪਲੀ ਕਰਾ ਰਿਹਾ। 2/5 ਦਾ ਦਸ਼ਮਲਵ ਰੂਪ ਕੀ ਹੈ? 2 ਨੂੰ 5 ਤੇ ਵੰਡਣਾ, 0 ਨਾਲ ਲਾ ਦਿਓ, ਪੁਆਇੰਟ ਲਾ ਦਿਓ, 4, 0.4। ਪਹਿਲੀ ਆਪਸ਼ਨ ਤੁਹਾਡਾ ਕੀ ਸੀ? ਬਿਲਕੁਲ ਰਾਈਟ ਆਂਸਰ ਸੀ। ਇੱਕ ਮੋਬਾਇਲ ਨੰਬਰ ਵਿੱਚ 10 ਅੰਕ ਹੁੰਦੇ, ਸਭ ਨੂੰ ਪਤਾ ਹੈ। ਪਹਿਲੇ ਜਿਹੜੇ 4 ਅੰਕ ਨੇ ਕੀ ਨੇ? 9, 9, 8, 7। ਮੰਗਰ ਵਾਲੇ 3 ਕਿੰਨੇ ਨੇ? 3, 5, 5। ਇਹ ਤਾਂ ਜੋ ਹੋ ਗਏ ਹੋ ਗਏ, ਵਿੱਚ ਵਾਲੇ 3 ਅੰਕ ਆਪਾਂ ਨੂੰ ਪਤਾ ਨੇ। ਕਹਿੰਦੇ ਇਸ ਹਿਸਾਬ ਨਾਲ ਲੈਣੇ ਆ ਵੀ ਵੱਖ ਵੱਖ ਵੀ ਹੋਣ, ਬਾਕੀ ਦੇ ਅੰਕ ਕੀ ਹੋਣ? ਵੱਖਰੇ ਵੱਖਰੇ, ਅਤੇ ਸਭ ਤੋਂ ਵੱਡੀ ਸੰਖਿਆ ਬਣ ਜੇ। ਤਾਂ ਨਿਚਲਿਆਂ 'ਚ ਦੇਖੋ ਸਭ ਤੋਂ ਵੱਡੇ ਕਿਹੜੇ ਬਚ ਗਏ? 9 ਹੋ ਗਿਆ, 8 ਹੋ ਗਿਆ, 7 ਹੋ ਗਿਆ, 3 ਹੋ ਗਿਆ, 5 ਹੋ ਗਿਆ, 5 ਹੋ ਗਿਆ। ਤਾਂ ਕਿਹੜਾ ਬਚ ਗਿਆ? ਇੱਕ 6 ਬਚ ਗਿਆ, ਇੱਕ 4 ਬਚ ਗਿਆ, ਇੱਕ 2 ਬਚ ਗਿਆ, ਇੱਕ 1 ਬਚ ਗਿਆ, ਇੱਕ 0 ਬਚ ਗਿਆ। ਇਹ 5 ਅੰਕ ਨੇ ਜਿਹੜੇ ਹਜੇ ਤੱਕ ਆਏ ਨੇ। ਤਾਂ ਆਪਾਂ ਬਣਾਉਣੇ ਵੱਡੀ ਸੰਖਿਆ, ਤਾਂ ਵੱਡੀ ਸੰਖਿਆ ਵਾਸਤੇ ਕਿਹੜੇ ਅੰਕ ਲਵਾਂਗੇ? 6, 4 ਅਤੇ 2। ਜੇ ਆਪਸ਼ਨ 'ਚ ਹੈਗੇ ਤਾਂ ਬਿਲਕੁਲ ਕੀ ਹੈ? ਰਾਈਟ ਆਂਸਰ ਹੈ। ਤਾਂ 6, 4, 2 ਭਾਵ ਤੀਜੀ ਆਪਸ਼ਨ ਤੁਹਾਡਾ ਕੀ ਹੈ? ਰਾਈਟ ਆਂਸਰ। ਇੱਕ ਸਮ ਪੰਜ ਭੁਜ ਇੱਦਾਂ ਦੀ ਹੁੰਦੀ ਹੈ ਦਾ ਪਰਮਾਪ, ਪਰਮਾਪ ਮਤਲਬ ਪੈਰੀਮੀਟਰ, ਕਿੰਨਾ ਗਾ? ਵਾਈ। ਪੈਰੀਮੀਟਰ ਹੁੰਦਾ 5 ਭੁਜਾਵਾਂ ਦਾ ਜੋੜ। ਤਾਂ ਹਰੇਕ ਭੁਜਾ ਕਿੰਨੀ ਹੋਊ? ਜਿੰਨੀਆਂ ਭੁਜਾਵਾਂ ਨੇ ਉੱਨੀਆਂ 'ਤੇ ਵੰਡ ਦਿਉ ਬਸ, 22/5। ਜਿੰਨੀਆਂ ਭੁਜਾਵਾਂ ਨੇ ਉੱਨੀਆਂ 'ਤੇ ਵੰਡ ਦੇਣਾ, ਤੁਹਾਡਾ ਆਂਸਰ ਆ ਜਾਣਾ। ਜੇ 4 ਭੁਜਾਵਾਂ ਹੁੰਦੀਆਂ, 4 'ਤੇ ਵੰਡ ਦਿੰਦੇ 5 ਭੁਜਾਵਾਂ, ਤਾਂ 5 'ਤੇ ਵੰਡ ਦਿਉ। ਵਿੱਚ ਆਫ ਦਾ ਫੋਲਿੰਗ ਇੰਟੀਜਰ ਇਜ ਰੈਸੀਪ੍ਰੋਕਲ ਟੂ ਇਟਸੈਲਫ। ਸੰਪੂਰਨ ਸੰਖਿਆ ਕਿਹੜੀ ਹੈ ਜਿਹੜੀ ਆਪਣੇ ਉਲਟ ਕਰਮ ਦੇ ਬਰਾਬਰ ਹੈ? ਦੇਖੋ 0 ਦਾ ਉਲਟਾ ਕੀ ਹੁੰਦਾ? 1/0। 1/0 ਤਾਂ ਆਪਾਂ ਨੂੰ ਪਤਾ ਸੰਭਵ ਹੀ ਨਹੀਂ। 2 ਦਾ ਉਲਟਾ ਕੀ ਹੁੰਦਾ? 1/2। ਬਰਾਬਰ ਨੇ? ਨਹੀਂ ਬਰਾਬਰ। -1 ਦਾ ਉਲਟਾ? -1। 10 ਦਾ ਉਲਟਾ? 1/10। ਤਾਂ ਪਹਿਲੀ, ਦੂਜੀ ਅਤੇ ਲਾਸਟ ਆਪਸ਼ਨ ਹੋ ਨਹੀਂ ਸਕਦੀ, ਤਾਂ ਕਿਹੜੀ ਹੋ ਸਕਦੀ ਹੈ? ਤੀਜੀ ਆਪਸ਼ਨ। ਤੁਹਾਡੀ ਜਾਣਕਾਰੀ ਵਜੋਂ ਦੱਸ ਦਈਏ, ਇੱਕ ਸੰਖਿਆ ਹੈਗੀ, 1 ਘਟਾਓ 1 ਸੰਖਿਆ ਹੈਗੀ, ਜਿਹੜੀਆਂ ਆਪਣੇ ਉਲਟ ਕਰਮ ਦੇ ਕੀ ਨੇ? ਬਰਾਬਰ ਨੇ। 1 ਉਰੇ ਹੈ ਨਹੀਂ ਸੀ, ਤਾਂ ਆਪਾਂ ਕਿਹੜੀ ਲੈ ਲਈ? ਘਟਾਓ 1। ਇੱਕ ਵਪਾਰੀ ਨੇ ਕੁਝ ਅੰਡੇ ਖਰੀਦੇ, ਕੁਝ ਅੰਡੇ ਮਤਲਬ ਐਕਸ ਖਰੀਦੇ, ਜਿਨ੍ਹਾਂ 'ਚ 72 ਕੀ ਹੋ ਗਏ? ਸੜੇ ਹੋਏ ਸੀ, ਜੋ ਕਿ ਕੁੱਲ ਅੰਡਿਆਂ ਦੀ ਗਿਣਤੀ ਦਾ ਕਿੰਨਾ ਸੀ? 30%। ਤਾਂ ਕੁੱਲ ਅੰਡੇ ਕਿੰਨੇ ਸੀ? ਐਕਸ, ਐਕਸ ਦਾ 30%। ਜਿਵੇਂ ਪਹਿਲਾਂ ਸਵਾਲ ਕੀਤਾ ਸੀ ਆਪਾਂ, 216 ਵਾਲਾ ਕਿੰਨਾ ਗਾ? 72। ਤਾਂ ਐਕਸ ਗੁਣਾ 30/100 ਬਰਾਬਰ ਹੈ 72। ਤਾਂ ਐਕਸ ਬਰਾਬਰ ਕਿੰਨਾ ਹੋ ਗਿਆ? 72×100/30। ਆਹ ਰਕਮ ਜਿਹੜੀ ਹੈਗੀ ਦੂਜੇ ਪਾਸੇ ਜਾ ਕੇ ਉਲਟਾ ਹੋ ਜਾਂਦੀ ਹੈ। 0 ਨਾਲ 0 ਕੱਢ ਕੇ 3 × 1 = 3, 24×3=72। ਤਾਂ 24×10 ਕਿੰਨਾ ਆ ਗਿਆ? 240। ਤਾਂ ਕੁੱਲ ਅੰਡੇ ਕਿੰਨੇ ਸੀ? 240। 240 ਦਾ ਭਾਵ ਤੀਜੀ ਆਪਸ਼ਨ ਤੁਹਾਡਾ ਕੀ ਸੀ? ਬਿਲਕੁਲ ਰਾਈਟ ਆਂਸਰ ਸੀ। ਕਹਿੰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਤਾਂ ਜੋ ਅਗਲਾ ਪਾਰਟ ਵੀ ਤੁਸੀਂ ਜਦੋਂ ਹੀ ਆਪਾਂ ਪੋਸਟ ਕਰੀਏ ਤੁਸੀਂ ਦੇਖ ਸਕੋ। ਗੌਰਵ ਦੀ ਮਾਤਾ ਨੇ ਜੇਬ ਖਰਚ ਲਈ ਉਹਨੂੰ 4 ਵਿਕਲਪ ਦੇ ਤੇ। ਮਾਤਾ ਸਿਆਣੀ ਸੀ ਵੀ ਗੌਰਵ ਬਹਾਨੇ ਨਾਲ ਪੜ੍ਹ ਲੂਗਾ, ਤਾਂ ਕਿ ਉਹਨੇ ਉਹਨੂੰ ਸਵਾਲ ਦੇ ਰੂਪ 'ਚ ਦੱਸਤਾ ਵੀ ਦੱਸੋ ਉਹਨੂੰ ਵੱਧ ਜੇਬ ਖਰਚ, ਤੁਸੀਂ ਵੱਧ ਜੇਬ ਖਰਚ ਪਸੰਦ ਕਰਦੇ ਹੋ, ਤਾਂ ਕਿਹੜਾ ਵਿਕਲਪ ਲੈਣਾ ਚਾਹੀਦਾ? ਤਾਂ ਸਾਰੇ ਵਿਕਲਪਾਂ ਦਾ ਆਪਾਂ ਪਹਿਲਾਂ ਆਂਸਰ ਕੱਢ ਲੈਣ। 210 ਦਾ 1/3 ਇਹ ਹੁੰਦਾ 70।
ਮਤਲਬ ਕਿ 210 ਗੁਣਾ 1/3, 210 ਗੁਣਾ 1/3, 210 ਗੁਣਾ 3/5, 5 ਦੇ ਵੰਡੀ 42 ਹੁੰਦਾ, ਤਾਂ 42 30 126। ਇਸ ਤਰ੍ਹਾਂ 210 ਦਾ 2/5 ਕਿੰਨਾ ਹੁੰਦਾ? 84। 210 ਦਾ 4/5 ਹੁੰਦਾ 168। ਤੁਸੀਂ ਕੱਢ ਕੇ ਦੇਖ ਲਓ। ਤਾਂ ਹੁਣ ਸਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹਨਾਂ 'ਚ ਕਿਹੜਾ ਵੱਡਾ, ਤੀਜੀ ਆਪਸ਼ਨ ਹੈ ਜਿਹੜਾ 168 ਕੀ ਹੈ ਵੱਡਾ। ਤਾਂ ਉਮੀਦ ਹੈ ਤੁਹਾਨੂੰ ਸਾਰਾ ਪੇਪਰ ਸਮਝ ਲੱਗ ਗਿਆ ਉਹ ਕਿਵੇਂ ਕਰਨਾ ਸੀ। ਉਮੀਦ ਇਹ ਵੀ ਹੈ ਵੀ ਜਿਨ੍ਹਾਂ ਨੇ ਮੇਰੀਆਂ ਵੀਡੀਓ ਦੇਖੀਆਂ ਸੀ ਉਹ ਇਹਨਾਂ 'ਚੋਂ 30 ਦੇ 30 ਸਵਾਲ ਠੀਕ ਕਰਕੇ ਗਏ ਹੋਣਗੇ। ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ। ਥੈਂਕ ਯੂ।